हाँ जी पंजाबी डिक्टेशन पंजाब बजट। हाँ जी रेडी। स्टार्ट। लिंग आधारित बजटी दिशा निर्देश। मैनू यह दसदे हुए बहुत खुशी हो रही है कि चंगे शासन अते समावेशी विकास दे सिद्धांतां ते आधारित सरकार इस साल लिंग प्रतिक्रियाशील बजट दिशा निर्देश जारी करेगी जो समाजिक तब्दीली लियाउण अते भेदभाव खत्म करन ले लिंग समानता अते इस नूं मुखधारा नाल जोड़न दे टीचे नूं उत्साहित करन ले रणनीति तय करेगी। डंडी विश्व बैंक तों सहायता प्राप्त वित्ती अते संस्थागत लचकता प्रोजेक्ट। राज ने बी फेयर प्रोजेक्ट तहत विश्व बैंक नाल हाथ मिलाया है। डंडी यह संस्थागत समर्थामा अते जवाबदेही नू मजबूत करदिया एक व्यापक ढांचा पेश करेगा। सुचजे शासन ਲਈ ਮਿਆਰੀ ਜਨਤਕ ਸੇਵਾ ਪ੍ਰਦਾਨ ਕਰਨ ਅਤੇ ਹੋਰ ਸੁਧਾਰ ਉਪਮਾਵਾਂ ਦਾ ਸਮਰਥਨ ਕਰੇਗਾ। ਡੰਡੀ ਲਚਕਤਾ ਅਤੇ ਵਿੱਤੀ ਸਥਿਰਤਾ ਨੂੰ ਵਧਾਉਣ ਲਈ ਸੰਸਥਾਗਤ ਸੁਧਾਰ ਲਿਆਉਣ ਲਈ 1655 ਕਰੋੜ ਰੁਪਏ ਦੀ ਕੁੱਲ ਲਾਗਤ ਵਾਲਾ ਇਹ ਪ੍ਰੋਜੈਕਟ 5 ਸਾਲਾਂ ਦੀ ਮਿਆਦ ਵਿੱਚ ਲਾਗੂ ਕੀਤਾ ਜਾਵੇਗਾ। ਡੰਡੀ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਵਿੱਚੋਂ ਲਗਭਗ 500 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ। ਡੰਡੀ ਟੈਕਸ ਇੰਟੈਲੀਜੈਂਸ ਯੂਨਿਟ ਵਾਧੂ ਸਰੋਤ ਜੁਟਾਉਣ ਲਈ ਮਹਿਰਾਜ ਵਿੱਚ ਇੱਕ ਟੈਕਸ ਇੰਟੈਲੀਜੈਂਸ ਯੂਨਿਟ ਸਥਾਪਿਤ ਕਰਨ ਦਾ ਪ੍ਰਸਤਾਵ ਕਰਦਾ ਹਾਂ। ਡੰਡੀ ਇਹ ਯੂਨਿਟ ਟੈਕਸਦਾਤਾ ਦੇ ਸਹੂਲਤ ਅਤੇ ਸੰਚਾਰ ਦੁਆਰਾ GST ਦੇ ਅਧੀਨ ਟੈਕਸ ਪਾਲਣਾ ਨੂੰ ਬਿਹਤਰ ਬਣਾਉਣ ਲਈ ਵਿੱਤ ਵਿਭਾਗ ਨੂੰ ਤਿਆਰ ਕਰੇਗਾ ਅਤੇ ਰੋਜ਼ਾਨਾ ਪ੍ਰਤੀਮਾਨਾਂ ਨੂੰ ਹਾਸਲ ਕਰਨ ਲਈ ਵਿਭਾਗ ਵਿੱਚ ਟੈਕਸ ਵਿਸ਼ਲੇਸ਼ਣ ਸਮਰੱਥਾ ਨੂੰ ਮਜ਼ਬੂਤ ਕਰੇਗਾ। ਡੰਡੀ ਜਿਸ ਨਾਲ ਕਮਜ਼ੋਰ ਅਤੇ ਮਜ਼ਬੂਤ ਖੇਤਰਾਂ ਨੂੰ ਉੱਪਰ ਚੁੱਕਿਆ ਜਾਵੇਗਾ। ਡੰਡੀ ਏਕੀਕ੍ਰਿਤ ਸਕਿੰਗ ਫੰਡ ਰਾਜ ਦੇ ਵਿੱਤ ਨੂੰ ਇਕਜੁੱਟ ਕਰਨ ਅਤੇ ਭਵਿੱਖ ਵਿੱਚ ਕਰਜ਼ੇ ਦੀਆਂ ਵਚਨਬੱਧਤਾਵਾਂ ਦੇ ਨਿਪਟਾਰੇ ਲਈ ਢੁਕਵੀਂ ਵਿਵਸਥਾ ਤਿਆਰ ਕਰਨ ਹਿੱਤ ਮੇਰੀ ਸਰਕਾਰ ਨੇ ਪਹਿਲੇ 2 ਮਹੀਨਿਆਂ ਦੇ ਅੰਦਰ ਰਾਜ ਦੇ ਏਕੀਕ੍ਰਿਤ ਸਕਿੰਗ ਫੰਡ ਵਿੱਚ 1000 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ ਜਿਸ ਨਾਲ ਕੁੱਲ ਯੋਗਦਾਨ 3988 ਕਰੋੜ ਰੁਪਏ ਹੋ ਗਿਆ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਇਹਨਾਂ ਸਾਰੇ ਸਾਲਾਂ ਦੌਰਾਨ ਸਿਰਫ 2988 ਕਰੋੜ ਰੁਪਏ ਦਾ ਯੋਗਦਾਨ ਹੀ ਪਾ ਸਕੀਆਂ ਹਨ। ਡੰਡੀ ਮਾਣਯੋਗ ਸਪੀਕਰ ਸਾਹਿਬ ਹੁਣ ਮੈਂ ਆਪ ਜੀ ਦੇ ਸਾਹਮਣੇ ਵਿੱਤੀ ਸਾਲ 2022-23 ਲਈ ਬਜਟ ਅਨੁਮਾਨ ਪੇਸ਼ ਕਰਦਾ ਹਾਂ। ਡੰਡੀ ਇਹ ਅਨੁਮਾਨ ਪੰਜਾਬ ਦੀ ਆਰਥਿਕਤਾ ਅਤੇ ਸਮਾਜ ਦੀ ਬੁਨਿਆਦ ਸਿਹਤ ਅਤੇ ਸਿੱਖਿਆ ਦੇ ਖੇਤਰ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਸ਼ਨਾਖਤ ਕੀਤੇ ਗਏ ਤਰਜੀਹੀ ਖੇਤਰਾਂ ਅਤੇ
ਟੀਚਾ ਵੱਧ ਖਰਚਿਆਂ ਤੇ ਖਾਸ ਤਵੱਜੋ ਦਿੰਦਿਆਂ ਪੰਜਾਬ ਦੇ ਨਿਰਮਾਣ ਦੀ ਆਸ ਨਾਲ ਮਿੱਥੇ ਗਏ ਹਨ ਡੰਡੀ। ਮੇਰੇ ਅਗਲੇ ਐਲਾਨ ਵੀ ਇਸੇ ਗੱਲ ਦੀ ਗਵਾਹੀ ਭਰਨਗੇ। ਡੰਡੀ ਸਟੋਪ।